जिन मन बाणी विच लाया है, जग भव सागर चो तारन लई गुरबाणी जहाज बनाया है। सिद्धेरा पौने लई बंदे नू ए तुरकी वाणी आई है, गुरु नानक नूर खड़ा के ते सतनाम दी शै बर लाई ए। हो गया उच्च आकाशा नू जिन हिरदे विच वसाया है, जग भव सागर चो तारन लई गुरबाणी जहाज बनाया है। ए कोई सटोरी नावल नहीं, ए जीवन उच्च खजाना है, ए सागर नालों गहरी ते उत्तम रत्ना दा पैमाना है। उच्च फल सबा जिंदगी दा गुर भगता ने फुरमाया है, जग भव सागर चो तारन लई गुरबाणी जहाज बनाया है। ए जप जी ठंड वरताउंदी ए, मुरझां विच जीवन पाउंदी है, सुखमणि साहिब नाम है सुखां दी, सब सगली चिंत मटाउंदी है। आसां पूरन होंदियां ने जिन आसा वार नू गाया है, जग भव सागर चो तारन लई गुरबाणी जहाज बनाया है। मिट जांदे वंदन जातां दे, सब भगत बराबर दिसदे ने, रविदास कबीरा नामदेव जी सब मित्र प्यारे दिसदे ने। तर लोचन तन्ने ज्यों जीवन दा बल सखाया है, जग भव सागर चो तारन लई गुरबाणी जहाज बनाया है। किते शेख फरीद दी मिठत वी एदे चों डुल डुल पैंदी है, ठारन लई पुल्लिया लोकां नू एदे विच गंगा वहिंदी है। ओदी बिगड़ी किस्मत बदल गई जिस इस नू सीस झुकाया है, जग भव सागर चो तारन लई गुरबाणी जहाज बनाया है। कोई पुस्तक नहीं है गुरु साडा ए दे विच अकथ कहानी है, एदे एक एक सुंदर अंग उत्ते लखां हीरे रतना खानी है। एदे विच अमृत वसदा है, गुरु रामदास फुरमाया है, जग भव सागर चो तारन लई गुरबाणी जहाज बनाया है। बाणी दी उच्चता दर्शन लई गुरु अर्जन देव प्यारे ने, सर तत्ती रेत पवा लईए पानी दी अख दे तारे ने। नहीं झुके दिल्ली दे तख्त मुरे, तवियां ते आसन लाया है, जग भव सागर चो तारन लई गुरबाणी जहाज बनाया है।
ਖੁਸ਼ ਕਰਨ ਲਈ ਸਮਰਾਟ ਤਾਈ ਜੇ ਰਾਮ ਰਾਏ ਜਿਹਾ ਭੁੱਲ ਗਿਆ ਵਿਦਵਾਨ ਗੁਰਾਂ ਦਾ ਹੀਰਾ ਸੀ ਝੱਟ ਮਿੱਟੀ ਦੇ ਵਿੱਚ ਰਲ ਗਿਆ ਸਤਵੇਂ ਗੁਰ ਨੇ ਬਾਣੀ ਦੇ ਲਈ ਉਹਦੇ ਆਪਣੇ ਨੂੰ ਠੁਕਰਾਇਆ ਜਗ ਭਵ ਸਾਗਰ ਚੋਂ ਤਾਰਨ ਲਈ ਗੁਰਬਾਣੀ ਜਹਾਜ ਬਣਾਇਆ ਕਿਤੇ ਮਤੀ ਦਾਸ ਤੇ ਤਾਰੂ ਸਿੰਘ ਜੀ ਬਾਣੀ ਪੜ ਸਦਕ ਨਵਾ ਗਏ ਨੇ ਕਿਤੇ ਵੰਦਾ ਸਿੰਘ ਤੇ ਮਨੀ ਸਿੰਘ ਜੀ ਹੱਸਵੰਦ ਵੰਦ ਕਟਵਾ ਗਏ ਨੇ ਬਾਣੀ ਪੜ ਸੋਲ ਮਸੂਮਾ ਨੇ ਤਨ ਨੀਹਾਂ ਵਿੱਚ ਚਿਣਵਾਇਆ ਜਗ ਭਵ ਸਾਗਰ ਚੋਂ ਤਾਰਨ ਲਈ ਗੁਰਬਾਣੀ ਜਹਾਜ ਬਣਾਇਆ ਪੁੱਲ ਗ੍ਰੰਥ ਜਗਤ ਦੇ ਚੰਗੇ ਨੇ ਪਰ ਸਭ ਤੋਂ ਉੱਤਮ ਬਾਣੀ ਹੈ ਇਹ ਚੌਂਬਰ ਨਾਲੀ ਸਾਂਝੀਏ ਪੱਟਾਂ ਨੇ ਰਮਜ ਪਛਾਣੀਏ ਬਾਣੀ ਗੁਰਮੁਖ ਸਤਿਗੁਰ ਨੇ ਜ਼ਿੰਦਗੀ ਦਾ ਭੇਦ ਬਤਾਇਆ ਜਗ ਭਵ ਸਾਗਰ ਚੋਂ ਤਾਰਨ ਲਈ ਗੁਰਬਾਣੀ ਜਹਾਜ ਬਣਾਇਆ ਜਗ ਭਵ ਸਾਗਰ ਚੋਂ ਤਾਰਨ ਲਈ ਗੁਰਬਾਣੀ ਜਹਾਜ ਬਣਾਇਆ ਗੁਰਮੁਖੋ ਇਹ ਸਾਡੇ ਤੇ ਪਰਉਪਕਾਰ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤਾ ਆਦਿ ਗ੍ਰੰਥ ਦੀ ਵੀੜ ਉਹਨਾਂ ਨੇ ਸੁਸ਼ੋਭਿਤ ਕਰਵਾਈ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਆਓ ਅੱਗੇ ਬੇਨਤੀ ਜਿਹੜੀ ਕਰਨ ਲੱਗੇ ਹਾਂ ਨਾ ਅਸੀਂ ਉਹ ਆਪਾਂ ਕੋਸ਼ਿਸ਼ ਕਰਾਂਗੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹਾਦਤ ਬਾਰੇ ਆਪ ਜੀ ਦੇ ਨਾਲ ਵਿਚਾਰਾਂ ਕਰ ਸਕੀਏ ਆਓ ਪਹਿਲਾਂ ਇੱਕ ਵੰਦਨਾ ਦੇ ਰੂਪ 'ਚ ਆਪ ਜੀ ਦੇ ਚਰਨਾਂ 'ਚ ਕਵਿਤਾ ਪੇਸ਼ ਕਰਾਂਗੇ ਚਾਰ ਚੰਨ ਸਿੱਖੀ ਨੂੰ ਲਾ ਗਏ ਭਾਨੀ ਮਾਂ ਦੇ ਤਾਰੇ ਆਓ ਪਹਿਲਾਂ ਆਪਾਂ ਇਹੋ ਹੀ ਬੇਨਤੀ ਕਰ ਲਈਏ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਇਸ ਕਵਿਤਾ ਤੋਂ ਅੱਗੇ ਫਿਰ ਜਿਹੜਾ ਥੋੜ੍ਹਾ ਬਹੁਤ ਇਤਿਹਾਸ ਨੂੰ ਆਪਾਂ ਸੇਧ ਦੇਣ ਦੀ ਕੋਸ਼ਿਸ਼ ਕਰਾਂਗੇ ਆਓ ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਇੱਕ ਵੰਦਨਾ ਅਰਦਾਸ ਦੇ ਰੂਪ 'ਚ ਇੱਕ ਕਵਿਤਾ ਪੇਸ਼ ਕਰਾਂਗੇ ਸੁਣਿਓ ਜੀ ਕਲਗੀ ਵਾਲਿਆ ਕੌਮ ਦੇ ਸ਼ਹਿਨਸ਼ਾਹ ਮਿਲਦੀ ਜਗ ਦੇ ਵਿੱਚ ਮਿਸਾਲ ਕੋਈ ਨਾ ਪੰਥ ਸਾਜਿਆ ਖੰਡੇ ਦੀ ਤਾਰ ਵਿੱਚੋਂ ਇਹੋ ਜਿਹਾ ਵੀ ਡਿੱਠਾ ਕਮਾਲ ਕੋਈ ਨਾ ਆਪੇ ਗੁਰੂ ਤੇ ਆਪੇ ਹੀ ਬਣੇ ਚੇਲਾ ਤੇਰੇ ਜਿਹਾ ਵੀ ਦੀਨ ਦਿਆਲ ਕੋਈ ਨਾ ਸਭ ਕੁਝ ਵਾਰ ਕੇ ਵੀ ਖਿੜ ਖਿੜ ਹੱਸਦਾ ਰਹੇ ਐਸਾ ਮਾਂ ਨੇ ਜੰਮਿਆ ਲਾਲ ਕੋਈ ਨਾ ਐਸਾ ਮਾਂ ਨੇ ਜੰਮਿਆ ਲਾਲ ਕੋਈ ਨਾ ਇਸਨੇ ਪਰ ਜਨਮ ਤੋਂ ਬ੍ਰਹਮ ਜਾਣਿਆ ਭੱਟਾਂ ਨੇ ਫੁਰਮਾਇਆ ਬਾਣੀ ਦੇ ਵੋਹੇ ਥੇ ਦਾ ਜਿਸਨੇ ਨੰਨੇ ਤੋਂ ਵਰ ਪਾਇਆ ਸਾਗਰ ਸਤਿਗੁਰ ਅਰਜਨ ਦੇਵ ਪਿਆਰੇ ਚਾਰ
ਚਾਰ ਚੰਨ ਸਿੱਕੀ ਨੂੰ ਲਾਵੇ ਪਾਣੀ ਵਾਂਗੇ ਤਾਰੇ ਚਾਰ ਚੰਨ ਸਿੱਕੀ ਨੂੰ ਲਾਵੇ ਪਾਣੀ ਵਾਂਗੇ ਤਾਰੇ ਬਚਪਨ ਤੋਂ ਹੀ ਹੁਕਮ ਮੰਨ ਕੇ ਸਖਤ ਘਾਲਣਾ ਕਾਲੀ ਸੋਨੇ ਵਾਂਗੂ ਚਮਕਾ ਮਾਰਨ ਪੈ ਕੇ ਵਿੱਚ ਕੁਠਾਲੀ ਸੇਵਕ ਲੈ ਗਿਆ ਪਦਵੀ ਉੱਚੀ ਖਾਲੀ ਰੇ ਹੰਕਾਰੇ ਚਾਰ ਚੰਨ ਸਿੱਖੀ ਨੂੰ ਲਾਗੇ ਪਾਨੀ ਮਾਦੇ ਤਾਰੇ ਚਾਰ ਚੰਨ ਸਿੱਖੀ ਨੂੰ ਲਾਗੇ ਪਾਨੀ ਮਾਦੇ ਤਾਰੇ ਮੀਆਂ ਮੀਰ ਤੋਂ ਹਰ ਮੰਦਰ ਦੀ ਸਤਿਗੁਰ ਨੀ ਰਖਵਾ ਕੇ ਮੇਟ ਦਿੱਤੇ ਮਜਵਾਂ ਦੇ ਚੇੜੇ ਨਵੀਂ ਕ੍ਰਾਂਤੀ ਲਿਆ ਕੇ ਕਰੇ ਅੱਜ ਵੀ ਚੌਮਰਾਂ ਨੂੰ ਵਾਜਾਂ ਮਾਰੇ ਚਾਰ ਚੰਨ ਸਿੱਖੀ ਨੂੰ ਲਾਗੇ ਪਾਨੀ ਮਾਦੇ ਤਾਰੇ ਚਾਰ ਚੰਨ ਸਿੱਖੀ ਨੂੰ ਲਾਗੇ ਪਾਨੀ ਮਾਦੇ ਤਾਰੇ ਹਰ ਮੰਦਰ ਜਿਉਂ ਫੁੱਲ ਕਮਲ ਦਾ ਨੀਲੇ ਸਰ ਵਿੱਚ ਖਿੜਿਆ ਸਦਾ ਹੀ ਜਿੱਥੇ ਨਾਮ ਰਸੀਆਂ ਲਈਏ ਰਾਗ ਅਲਾਹੀ ਖਿੜਿਆ ਅੰਮ੍ਰਿਤ ਰੂਪੀ ਮਿੱਠੀ ਬਾਣੀ ਤਪਦੇ ਹਿਰਦੇ ਠਾਰੇ ਚਾਰ ਚੰਨ ਸਿੱਖੀ ਨੂੰ ਲਾਗੇ ਪਾਨੀ ਮਾਦੇ ਤਾਰੇ ਚਾਰ ਚੰਨ ਸਿੱਖੀ ਨੂੰ ਲਾਗੇ ਪਾਨੀ ਮਾਦੇ ਤਾਰੇ ਭਵ ਜਲ ਸਾਗਰ ਪਾਰ ਕਰਨ ਲਈ ਬਾਣੀ ਜਹਾਜ਼ ਬਣਾਇਆ ਜਾਤ ਮਜ਼ਬ ਤੇ ਦੇਸ਼ ਦਾ ਜਿਸ ਵਿੱਚ ਨਹੀਂ ਬਿਤਕਰਾ ਪਾਇਆ ਪੰਡਤ ਨਾਈ ਚਮਾਰਤ ਸ਼ੀਪੇ ਜਗ ਗਏ ਸਤਕਾਰੇ ਚਾਰ ਚੰਨ ਸਿੱਖੀ ਨੂੰ ਲਾਗੇ ਪਾਨੀ ਮਾਦੇ ਤਾਰੇ ਚਾਰ ਚੰਨ ਸਿੱਖੀ ਨੂੰ ਲਾਗੇ ਪਾਨੀ ਮਾਦੇ ਤਾਰੇ ਹਰ ਮੰਦਰ ਪ੍ਰਕਾਸ਼ ਕਰਾ ਕੇ ਨਵਾਂ ਹੀ ਰੰਗ ਚੜਾਇਆ ਬਾਬੇ ਬੁੱਢੇ ਬੈਠ ਤਾਬਿਆ ਪਹਿਲਾ ਹੁਕਮ ਸੁਣਾਇਆ ਚੇਰੇ ਤੇ ਆ ਗਿਆ ਖੇੜਾ ਕੀਤੇ ਜਨਾ ਦਿਦਾਰੇ ਚਾਰ ਚੰਨ ਸਿੱਖੀ ਨੂੰ ਲਾਗੇ ਪਾਨੀ ਮਾਦੇ ਤਾਰੇ ਚਾਰ ਚੰਨ ਸਿੱਖੀ ਨੂੰ ਲਾਗੇ ਪਾਨੀ ਮਾਦੇ ਤਾਰੇ ਗੁਰੂ ਗ੍ਰੰਥ ਜੀ ਮਾਨਵਤਾ ਨੂੰ ਬਖਸ਼ਾ ਉੱਚ ਖਜਾਨਾ ਗੁਰੂ ਗ੍ਰੰਥ ਜੀ ਮਾਨਵਤਾ ਨੂੰ ਬਖਸ਼ਾ ਉੱਚ ਸਰਮਾਇਆ ਚੌਂਕੁੰਟਾਂ ਨੂੰ ਦੇ ਕੇ ਚਾਨਣ ਪਰ ਉਪਕਾਰ ਕਮਾਇਆ ਕੁਮਾਰੀ ਰੰਗਣ ਦੇ ਕੇ ਲੱਖਾਂ ਡੁੱਬਦੇ ਤਾਰੇ ਚਾਰ ਚੰਨ ਸਿੱਖੀ ਨੂੰ ਲਾਗੇ ਪਾਨੀ ਮਾਦੇ ਤਾਰੇ ਚਾਰ ਚੰਨ ਸਿੱਖੀ ਨੂੰ ਲਾਗੇ ਪਾਨੀ ਮਾਦੇ ਤਾਰੇ ਹਰ ਮੰਦਰ ਨੂੰ ਤੱਕ ਕੇ ਜਿਸਦਾ ਨਿਸ਼ਚਾ ਵੱਜ ਗਿਆ ਪੱਕਾ ਕਿਸੇ ਨੂੰ ਇੱਥੋਂ ਗੰਗਾ ਦਿਸ ਪਈ ਕਿਸੇ ਨੂੰ ਦਿਸ ਗਿਆ ਮੱਕਾ ਵੈਦ ਦਾ ਮਿਟ ਗਿਆ ਚੇਲਾ ਰੱਬ ਦੇ ਨੂਰ ਦੇ ਸਾਰੇ ਚਾਰ ਚੰਨ ਸਿੱਖੀ ਨੂੰ ਲਾਗੇ ਪਾਨੀ ਮਾਦੇ ਤਾਰੇ ਚਾਰ ਚੰਨ ਸਿੱਖੀ ਨੂੰ ਲਾਗੇ ਪਾਨੀ ਮਾਦੇ ਤਾਰੇ ਖਿੜ ਗਏ ਨੇ ਬਿਸਮਾਦ ਦੇ ਅੰਦਰ ਜੰਗਲ ਵੇਲੇ ਜੂਹਾਂ ਚਮਕ ਪਈਆਂ ਸ਼ੋ ਨੂਰੀ ਪਾ ਕੇ ਥੱਕੀਆਂ ਹਾਰੀਆਂ ਜੂਹਾਂ ਜਿੱਥੇ ਅੰਮ੍ਰਿਤ ਵਰਸੇ ਚੱਲਣ ਨਾਮ ਫੁਹਾਰੇ ਚਾਰ ਚੰਨ ਸਿੱਖੀ ਨੂੰ ਲਾਗੇ ਪਾਨੀ ਮਾਦੇ ਤਾਰੇ ਚਾਰ ਚੰਨ ਸਿੱਖੀ ਨੂੰ ਲਾਗੇ ਪਾਨੀ ਮਾਦੇ ਤਾਰੇ ਕੰਡਿਆਂ ਤੋਂ ਫੁੱਲ ਪੈਦਾ ਕੀਤੇ
जसदी नजर खुदाई चंदन वांग खड़ा के मैका प्यार दी जोत जगाई आरती कर दी अज भी सिजदे करन सितारे चार चन सिक्खी नू लागे पानी मां दे तारे चार चन सिक्खी नू लागे पानी मां दे तारे दुश्मन लई भी वैर ना रखना धरती वरगा जेरा हुक्म मन के नशर हो गया सदकी लद्दा तेरा ही मांझ जैसे कस वट्टी रुट पे लै गए पारे चार चंद सिक्खी नू लागे पानी मादे तारे चार चंद सिक्खी नू लागे पानी मादे तारे भुल के अपने इष्ट दी किधरे हो ना जावे हानी सिख जगत विच ताइयों पहला कीती गुर कुरबानी धर्मियां नूं बख्शण लई सेता हस के कष्ट सहारे चार चंद सिक्खी नूं लागे पानी मादे तारे चार चन सिक्खी नू लागे पानी मादे तारे हुसन तेरा ना मद्दम होया कड़ कड़ के विच देगा सदकने खै के नाल जबर दे कुंडियां कीतियां तेगा लालच मौत दे सामे कदे ना झुकदे गैरत दे बन जा रे चार चन सिक्खी नू लागे पानी मां दे तारे चार चन सिक्खी नू लागे पानी मां दे तारे अमृत सर हर पख तो सोना केंद्र गुरां बनाया मान सरोवर दे हंसा लई सचखंड आप वसाया सदियां तो कई गुरमुख तेरी उपमा कर कर हारे चार चन्न सिक्खी नू लागे पानी मादे तारे चार चन्न सिक्खी नू लागे पानी मादे तारे आओ गुरमुखो बेनती करिए के श्री गुरु अर्जन देव जी महाराज दे नाल जिहड़ा ये भाणा वरत्या इन्हां दे कई पक्ष ने एक तां सब तो पहला घर दी ईरखा इन्हां दे वड्डे भाई पृथ्वी चंद जी बहुत ज़्यादा ईरखा करदे सी क्योंकि हिंदुस्तान दी उस समय दी संस्कृति दे मुताबक किसी भी किस्म का कोई हक बड़े भरा का पहला हुंदा सी पर गुरु घर दे विच सिमरन सेवा ते प्यार सत्कार हरेक का आग्ञाकारी होना गुरु घर दे विच इन्हां चीज़ां नूं प्रधानता मिलती है इन्हां नूं प्रमुखता मिलती है हुण पृथ्वी चंद नहीं सी इत्थे खरे उतरे गुरु रामदास पातशाह ने कृपा करती श्री गुरु अर्जन देव जी ते पृथ्वी चंद ने ईरखा शुरू करती आपां सारी दुनिया का इतिहास पढ़ लिए जिन्नी ईरखा पृथ्वी चंद ने अपने भाई साहब नाल कीती आ दुनिया ते मिसाल नहीं मिलती इतों तक कि इन्हां दे अगे साहबजादे पैदा होए जिहड़े ने प्रगट होए सी गुरु हरगोबिंद पातशाह उन्हां नूं मारन तक दी बचपन दे विच भी चालां चलियां इस तों अगे औरंगजेब पहला ही चाहुंदा सी ना जहांगीर वो अपनी तुझके तवारीख एक डायरी सी उहदे ते लिखदा कहिंदा एक अर्जन नां दा हिंदू माफ करना सख्त शब्द ने पर संगत दे चरणां च सच्चाई बयान करनी कोई बुरी गल नहीं वो लिखदा कहिंदा अर्जन नां दा हिंदू
ਬਿਆਸ ਦਰਿਆ ਦੇ ਕਿਨਾਰੇ ਗੋਬਿੰਦਵਾਲ ਦੇ ਵਿੱਚ ਕੂੜ ਦੀ ਠੱਗੀ ਦੀ ਦੁਕਾਨ ਚਲਾ ਰਿਹਾ, ਜਿਹੜੀ ਮੈਂ ਸਮਾਂ ਮਿਲਣ 'ਤੇ ਸਦਾ ਵਾਸਤੇ ਬੰਦ ਕਰੂੰਗਾ। ਉਹਦੇ ਪਹਿਲਾਂ ਇਹ ਗੱਲ ਮਨ 'ਚ ਸੀ, ਉਹ ਸਮਾਂ ਭਾਲਦਾ ਸੀ। ਉੱਧਰ ਕੁਦਰਤ ਦੀ ਵਿਧੀ ਬਣੀ, ਉਹਦਾ ਪੁੱਤਰ ਖੁਸਰੋ ਉਹਨੇ ਬਗਾਵਤ ਕਰਤੀ ਜਹਾਂਗੀਰ ਦੇ ਖਿਲਾਫ਼। ਜਹਾਂਗੀਰ ਨੇ ਉਹਦੇ ਮਗਰ ਫੌਜ ਲਾਤੀ, ਉਹ ਦਿੱਲੀ ਤੋਂ ਭੱਜਿਆ, ਅੱਗੇ ਅੱਗੇ ਤੁਰਿਆ ਆਉਂਦਾ, ਮੰਜਲਾਂ ਮਾਰਦਾ ਉਹ ਤਰਨ ਤਾਰਨ ਸਾਹਿਬ ਦੀ ਧਰਤੀ 'ਤੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਆਇਆ। ਹੁਣ ਗੁਰੂ ਕਾ ਜਿਹੜੀ ਮਰਿਆਦਾ ਗੁਰੂ ਘਰ ਦੀ, ਇੱਥੇ ਕੋਈ ਰਾਜਾ ਆਵੇ, ਰੰਕ ਆਵੇ, ਕੋਈ ਫਰਕ ਨਹੀਂ, ਕੋਈ ਆਵੇ ਪ੍ਰਸ਼ਾਦਾ ਛਕ ਜੇ, ਕਦੇ ਨਹੀਂ ਕਿਸੇ ਸੇਵਕਾਂ ਨੇ ਗੁਰਮੁਖਾਂ ਨੇ ਪੁੱਛਿਆ, ਸੇਵਾਦਾਰਾਂ ਨੇ ਨਹੀਂ ਕਦੇ ਪੁੱਛਿਆ ਵੀ ਤੂੰ ਗਰੀਬ ਆ ਜਾਂ ਅਮੀਰ ਆ, ਤੂੰ ਬਾਦਸ਼ਾਹ ਕਿ ਫਕੀਰ ਆ। ਖੁਸਰੋ ਆਇਆ, ਨਾਲ ਉਹਦੀ ਫੌਜ ਸੀ, ਲੰਗਰ 'ਚ ਆਇਆ, ਮਹਾਰਾਜ ਨੂੰ ਨਮਸਕਾਰ ਕੀਤੀ, ਪ੍ਰਸ਼ਾਦਾ ਛਕਿਆ, ਚਲਾ ਗਿਆ। ਹੁਣ ਇਹ ਵੀ ਸ਼ਿਕਾਇਤ ਜਿਹੜੀ ਈਰਖਾਲੂ ਸੀ ਪ੍ਰਿਥੀ ਚੰਦ ਵਰਗੇ, ਉਹਨਾਂ ਨੇ ਜਦੋਂ ਜਹਾਂਗੀਰ ਉਹਦੇ ਮਗਰ ਆਇਆ, ਉਹ ਲਾਹੌਰ ਪਹੁੰਚ ਗਿਆ, ਖੁਸਰੋ ਅੱਗੇ ਨਿਕਲ ਗਿਆ, ਲਾਹੌਰ ਬੈਠੇ ਨੂੰ ਇਹ ਸ਼ਿਕਾਇਤ ਕੀਤੀ। ਜਦੋਂ ਇਹ ਸ਼ਿਕਾਇਤ ਕੀਤੀ ਵੀ ਗੁਰੂ ਅਰਜਨ ਦੇਵ ਨੇ ਪਨਾਹ ਦਿੱਤੀ ਆ ਖੁਸਰੋ ਨੂੰ, ਔਰੰਗਜ਼ੇਬ ਨੇ ਆਪਦੀ ਉਹ ਕਾਨੂੰਨ ਮੁਤਾਬਕ 2 ਲੱਖ ਰੁਪਈਆ ਜੁਰਮਾਨਾ ਲਿਖਤਾ, ਕਹਿੰਦੇ ਵੀ ਸੱਦੋ ਅਤੇ ਆਪਾਂ ਉਹਨਾਂ ਤੋਂ ਆ ਜੁਰਮਾਨਾ ਵਸੂਲ ਕਰੋ ਵੀ ਉਹਨਾਂ ਨੇ ਬਾਗੀ ਨੂੰ ਪਨਾਹ ਕਿਉਂ ਦਿੱਤੀ। ਇਹ ਵੀ ਕਾਰਨ ਸੀ। ਤੀਜਾ ਆ ਗਿਆ ਜਿਹੜਾ ਚੰਦੂ ਲਾਲ ਸੀ, ਉਹ ਸੀ ਜਹਾਂਗੀਰ ਦਾ ਗ੍ਰਹਿ ਮੰਤਰੀ, ਸਾਰਿਆਂ ਨਾਲੋਂ ਵੱਡਾ ਵਜ਼ੀਰ, ਬੜਾ ਅਮੀਰ ਸੀ ਅਤੇ ਹੰਕਾਰੀ ਸੀ। ਉਹਨੇ ਆਪਣੀ ਪੁੱਤਰੀ ਦੇ ਰਿਸ਼ਤੇ ਵਾਸਤੇ ਪੰਡਿਤ ਭੇਜੇ, ਸਾਰਾ ਹਿੰਦੁਸਤਾਨ ਘੁੰਮ ਕੇ ਉਹਨਾਂ ਨੂੰ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਬਰਾਬਰ ਹਿੰਦੁਸਤਾਨ ਦੇ ਵਿੱਚ ਕੋਈ ਘਰਾਣਾ ਨਹੀਂ ਮਿਲਿਆ ਗੁਰੂ ਅਰਜਨ ਦੇਵ ਜੀ ਦੇ ਘਰਾਣੇ ਦੇ ਮੁਤਾਬਕ। ਉਹ ਰਿਸ਼ਤਾ ਕਰਕੇ, ਜਦ ਰਿਸ਼ਤਾ ਕਰਕੇ ਅਤੇ ਉੱਥੇ ਜਾ ਕੇ ਦੱਸਿਆ, ਚੰਦੂ ਨੇ ਹੰਕਾਰ ਦੇ ਵਿੱਚ ਸ਼ਬਦ ਭੈੜੇ ਬੋਲੇ, ਆਪਣੇ ਆਪ ਨੂੰ ਚੁਬਾਰਾ ਦੱਸਿਆ, ਗੁਰੂ ਘਰ ਨੂੰ ਗਾਰੇ ਦੀ ਮੋਰੀ ਦੱਸਣ ਲੱਗਿਆ। ਉੱਥੇ ਕੋਈ ਗੁਰਮੁਖ ਸੰਗਤ ਦੇ ਵਿੱਚੋਂ ਜਿਹੜਾ ਅੰਮ੍ਰਿਤਸਰ ਸੰਗਤ ਕਰਦਾ ਸੀਗਾ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੀ, ਉਹ ਬੈਠੇ ਸੀ, ਉਹਨਾਂ ਨੇ ਸੁਣ ਲਿਆ, ਉਹਨਾਂ ਨੇ ਬਾਹਰ ਆ ਕੇ ਸੰਗਤ ਇਕੱਠੀ ਕੀਤੀ ਅਤੇ ਸਾਰਿਆਂ ਨੂੰ ਦੱਸਿਆ। ਸਾਰੀ ਸੰਗਤ ਨੇ ਮਤਾ ਪਾਸ ਕਰਕੇ ਇੱਥੇ ਗੁਰਮੁਖ ਭੇਜਤੇ ਵੀ ਆਪਾਂ ਇਹ ਰਿਸ਼ਤਾ ਨਹੀਂ ਲੈਣਾ, ਇਹ ਹੰਕਾਰੀ ਹੈ। ਹੁਣ ਸੰਗਤ ਨੇ ਜਵਾਬ ਦਿੱਤਾ, ਗੁਰੂ ਸਾਹਿਬ ਨੇ ਜਵਾਬ ਦਿੱਤਾ ਵੀ ਅਸੀਂ ਰਿਸ਼ਤਾ ਨਹੀਂ ਲੈਣਾ। ਜਹਾਂਗੀਰ ਕਹਿੰਦਾ ਤੁਸੀਂ ਰਿਸ਼ਤੇ ਦਾ ਪ੍ਰਵਾਨ ਕਰੋ ਗੁਰੂ ਸਾਹਿਬ। ਤੀਜਾ ਇਹ ਹੋ ਗਿਆ। ਇਸ ਤੋਂ ਅਗਲੇ ਜਿਹੜੇ ਸੀਗੇ, ਜਿਹੜਾ ਸ਼ੇਖ ਫੱਤਾ ਜੰਡਿਆਲੇ ਦੇ ਨੇੜੇ ਇੱਕ ਸਥਾਨ ਬਣਿਆ ਜਗ੍ਹਾ, ਉਹਦੀ ਮੁਸਲਮਾਨ ਆ, ਅੱਜ ਵੀ ਸਾਡੇ ਭੁੱਲੜ ਲੋਕ ਉੱਥੇ ਖੀਰਾਂ ਦੁੱਧ ਲੈ ਕੇ ਜਾਂਦੇ ਆ ਵੀਰਵਾਰ ਨੂੰ। ਇਹੋ ਜਿਹਾ ਵਹਿਮ ਪਾਇਆ ਹੋਇਆ ਲੋਕਾਂ ਦੇ ਵਿੱਚ, ਕਹਿੰਦੇ ਜੀ ਉੱਥੇ ਜੇ ਖੀਰ ਚੜ੍ਹਾਈਏ, ਦੁੱਧ ਚੜ੍ਹਾਈਏ ਤਾਂ ਲਵੇਰਾ ਬੜਾ ਸਲਾਮਤ ਰਹਿੰਦਾ। ਇਹ ਸ਼ੇਖ ਫੱਤਾ ਵਿਰੋਧੀ ਸੀ ਗੁਰੂ ਘਰ ਦਾ, ਗੁਰੂ ਅਰਜਨ ਪਾਤਸ਼ਾਹ ਦੀ ਸ਼ਿਕਾਇਤ ਇਹਨੇ ਵੀ ਕੀਤੀ, ਕਿਉਂਕਿ ਇਹ ਪੈਦਾ ਕਰਦਾ ਸੀ ਸਖੀ ਸਰਬਰੀਏ। ਸਖੀ ਸਰਬਰ ਇੱਕ ਇਹੋ ਜਿਹਾ ਧਰਮ ਸੀ, ਉਹਨਾਂ ਨੇ ਮੁਗਲਾਂ ਨੇ ਵਿਚਾਲ ਦੀ ਕੱਢਿਆ ਵਿਚਕਾਰ ਦਾ ਰਸਤਾ, ਹਿੰਦੂ ਤੋਂ ਸਖੀ ਸਰਬਰ ਜਿਹੜਾ ਬਣ ਜਾਂਦਾ ਸੀ ਨਾ, ਉਹਨੂੰ ਮੁਸਲਮਾਨ ਬਣਨਾ ਬੜਾ ਸੌਖਾ ਸੀ, ਦੁਬਾਰਾ ਉਹ ਹਿੰਦੂ ਨਹੀਂ ਸੀ ਬਣ ਸਕਦਾ। ਉਹਦਾ ਪ੍ਰਚਾਰ ਐਡਾ ਜ਼ੋਰ ਸ਼ੋਰ ਨਾਲ ਹੋ ਰਿਹਾ ਸੀ ਉਸ ਇਲਾਕੇ 'ਚ, ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਕੋਈ 13-14-15 ਕਿਲੋਮੀਟਰ ਹੋਊਗਾ ਤਰਨ ਤਾਰਨ ਸਾਹਿਬ, ਇੱਥੇ ਅਸਥਾਨ ਬਣਾਇਆ ਹੀ ਤਾਂ ਸੀ ਉਹ ਸਖੀ ਸਰਬਰੀਆਂ ਦੇ ਪ੍ਰਚਾਰ ਨੂੰ ਠੱਲ ਪਾਉਣ ਵਾਸਤੇ। ਇਹ ਸ਼ੇਖ ਫੱਤੇ ਨੇ ਵੀ ਜਾ ਕੇ ਸ਼ਿਕਾਇਤ ਕੀਤੀ ਹੈ, ਕਹਿੰਦਾ ਜੀ ਇਹ ਸਖੀ ਸਰਬਰੀਆਂ ਦੇ ਖਿਲਾਫ਼ ਬੋਲਦੇ ਆ ਲਾਹੌਰ ਜਦੋਂ ਜਹਾਂਗੀਰ ਆਇਆ ਹੋਇਆ ਸੀ। ਇਹ ਤਾਂ ਆ ਗਏ ਦੁਨਿਆਵੀ ਕਾਰਨ। ਅਸਲ ਜਿਹੜੀ ਅੰਦਰ ਦੀ ਗੱਲ ਸੀ, ਗੁਰੂ ਨਾਨਕ ਦੀ ਗੱਦੀ ਨੇ ਗੱਲ ਕਰਨੀ ਆ ਸੱਚ ਦੀ, ਅਤੇ ਜਿਹੜੇ ਦੁਨਿਆਵੀ ਲੋਕ ਆ, ਹੰਕਾਰੀ ਲੋਕ ਹੁੰਦੇ ਆ, ਉਹਨਾਂ ਨੂੰ ਸੱਚ ਪਾਉਂਦਾ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਦੀ ਵੀ ਫਰਮਾਉਂਦੇ ਆ ਗੁਰਬਾਣੀ ਦੇ ਵਿੱਚ, ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਭਾਵਈ, ਜੇ ਕੋ ਬੋਲੇ ਸੱਚ ਕੂੜਾ ਜਲ ਜਾ ਬਈ। ਹੁਣ ਜਿਹੜੇ ਆਪ ਤਪੱਸਵੀ ਆ, ਮਤਲਬ ਤਪੱਸਵੀ ਆ ਲੋਕ, ਝੂਠ ਦੇ ਪੁਜਾਰੀ ਆ, ਹੰਕਾਰੀ ਆ, ਉਹਨਾਂ ਕੋਲ ਹਕੂਮਤ ਆ, ਉਹਨਾਂ ਨੂੰ ਸੱਚ ਕਿੱਥੇ ਪਾਉਂਦਾ? ਅਤੇ ਜਿਹੜਾ ਉਹਨਾਂ ਦੇ ਸਾਹਮਣੇ ਸੱਚ ਬੋਲਦਾ, ਮਹਾਰਾਜ ਕਹਿੰਦੇ ਸਣੇ ਕੱਪੜਿਆਂ ਅੱਗ ਲੱਗਦੀ ਆ ਉਹਨਾਂ ਨੂੰ। ਇਹ ਅੰਦਰ ਦੀ ਗੱਲ ਆ, ਜਿਹੜੀ ਅੰਦਰਲੀ ਗੱਲ ਸੀ ਅਸਲ, ਜਿਹੜੀ ਆਪਾਂ ਇੱਥੇ ਪ੍ਰੈਕਟੀਕਲ ਕਰਦੇ ਹਾਂ। ਅੱਜ ਵੀ ਹਾਲਾਤ ਇਹੋ ਹੀ ਆ। ਹੁਣ ਉਸ ਸਮੇਂ ਦਾ ਜਹਾਂਗੀਰ ਬਾਦਸ਼ਾਹ ਨੇ
गुरु अर्जन पातशाह महाराज नूं सुनेहा भेजता भी जाओ अमृतसर जा के अर्जन देव नूं लियाओ ते लाहौर आ के मेरे दरबार च उन्हूं पेश करो। उत्थों उन्हें आपदे जो भी सी मुलाजम सिपाही भेजे, गुरु साहब नूं आके खबर मिली भी हाँ जाना पऊगा लाहौर, उन्होंने जहांगीर ने बुलाया। जानी जान सतगुरु तेरे बाजना कोई भी वैद दसदा, हौ मैं रोग नू किस तरह हरा जाके, करी दर तो दूर दरबार ना तू, बिरहों रोग नू किवें मैं जरा जाके, बिरहों रोग नू किवें मैं जरा जाके। पंचवां गुर ने गद्दी दे दी सतगुर छेवें नू, पंचम गुर ने गद्दी दे दी सतगुर छेवें नू, कहंदे चले हाते फेर परत नहीं आउणा, कहंदे चले हाते फेर परत नहीं आउणा, बोली जड़ करनी है मुगलां दी बादशाही दी, बोली जड़ करनी है मुगलां दी बादशाही दी, जेड़ा करे ईरखा कीती दा फल पौणा, जेड़ा करे ईरखा कीती दा फल पौणा, ओ जालम कष्ट देणगे असी कष्ट सब जरने ने, जालम कष्ट देणगे असी कष्ट सब जरने ने, जैसी करनी तैसी भरनी पैंदी हरेक नू, जैसी करनी तैसी भरनी पैंदी हरेक नू, पापी पुरशां नूं नहीं मुक्त किसे ने लाउणा, पापी पुरशां नूं नहीं मुक्त किसे ने लाउणा, ਸਾਡੇ ਸਿਰ ਤੇ ਚੌਰ ਝੁੱਲਣਗੇ ਤੱਤੇ ਕੜਛੇ ਦੇ, ਸਾਡੇ ਸਿਰ ਤੇ ਚੌਰ ਝੁੱਲਣਗੇ ਤੱਤੇ ਕੜਛੇ ਦੇ, ਸ਼ਾਂਤ ਰੱਖਣ ਲਈ ਲੋਟੇ ਆਸਣ ਲਾਉਣਾ, ਮਨ ਨੂੰ ਸ਼ਾਂਤ ਰੱਖਣ ਲਈ ਲੋਟੇ ਆਸਣ ਲਾਉਣਾ, ਹਾਹਾਕਾਰ ਮਚੇਗੀ ਸਾਰੇ ਵਿੱਚ ਲਾਹੌਰ ਦੇ, ਕਰ ਮਚੇਗੀ ਸਾਰੇ ਵਿੱਚ ਲਾਹੌਰ ਦੇ, ਸਾਨੂੰ ਮਿਲਣ ਵਾਸਤੇ ਦੋਸਤ ਪੀਰ ਨੇ ਆਉਣਾ, ਸਾਨੂੰ ਮਿਲਣ ਵਾਸਤੇ ਦੋਸਤ ਪੀਰ ਨੇ ਆਉਣਾ, ਉਹ ਛੱਡ ਕੇ ਸੇਜ ਫੁੱਲਾਂ ਦੀ ਸੂਲੀ ਤੇ ਚੜ ਜਾਈਦਾ, ਛੱਡ ਕੇ ਸੇਜ ਫੁੱਲਾਂ ਦੀ ਸੂਲੀ ਤੇ ਚੜ ਜਾਈਦਾ, ਵੈਰੀ ਚਾਹੁੰਦਾ ਡੂੰਘਾ ਡੰਗ ਚਲਾਉਣਾ, ਹਰਦਮ ਵੈਰੀ ਚਾਹੁੰਦਾ ਡੂੰਘਾ ਡੰਗ ਚਲਾਉਣਾ, ਆਪੇ ਆਡਰ ਕਰਨਾ ਅਸਾਂ ਨੇ ਮੌਤ ਸਹੇਲੀ ਨੂੰ, ਆਪੇ ਆਡਰ ਕਰਨਾ ਅਸਾਂ ਨੇ ਮੌਤ ਸਹੇਲੀ ਨੂੰ, ਬਾਕੀ ਆਖਰ ਜੀ ਨੂੰ ਗੋਦ ਮੌਤ ਦੀ ਸੋਣਾ, ਬਾਕੀ ਆਖਰ ਦੀ ਨੂੰ ਗੋਦ ਮੌਤ ਦੀ ਸੋਣਾ, ਤੂੰ ਰੰਗਲੀ ਦੁਨੀਆਂ ਤੇ ਕੋਈ ਸਦਾ ਵਾਸਤੇ ਰਹਿੰਦਾ ਨੀ, ਰੰਗਲੀ ਦੁਨੀਆਂ ਤੇ ਕੋਈ ਸਦਾ ਵਾਸਤੇ ਰਹਿੰਦਾ ਨੀ, ਬੰਦਾ ਆਉਂਦਾ ਇੱਥੇ ਚਾਰ ਦਿਨਾਂ ਦਾ ਪ੍ਰਾਹੁਣਾ, ਬੰਦਾ ਆਉਂਦਾ ਇੱਥੇ ਚਾਰ ਦਿਨਾਂ ਦਾ ਪ੍ਰਾਹੁਣਾ, ਧੁੰਮਾ ਹਰ ਗੋਬਿੰਦ ਦੀ ਤੇਗ ਦੀਆਂ ਫਿਰ ਪੈਣਗੀਆਂ, ਧੁੰਮਾ ਹਰ ਗੋਬਿੰਦ ਦੀ ਤੇਗ ਦੀਆਂ ਫਿਰ ਪੈਣਗੀਆਂ, ਵਰਗਾ ਕਰਨਾ ਉਹਨਾਂ ਨੇ ਪਛਤਾਉਣਾ, ਜਿੰਨਾ ਵਾਦਾ ਕਰਨਾ ਉਹਨਾਂ ਨੇ ਪਛਤਾਉਣਾ, ਲੈ ਕੇ ਪੰਜਾਂ ਸਿੱਖਾਂ ਨੂੰ ਤੁਰ ਪਏ
ਪੰਜਾਂ ਸਿੱਖਾਂ ਨੂੰ ਤੁਰ ਪਏ ਵੱਲ ਲਾਹੌਰ ਦੇ ਫੌਜੀ ਸਿੰਘਾਂ ਮੁਰਕੇ ਗੁਰਾਂ ਨੇ ਮੁੱਖ ਵਿਖਾਉਣਾ ਜੋਗੀ ਸਿੰਘਾਂ ਮੁੜਕੇ ਗੁਰਾਂ ਨੇ ਮੁੱਖ ਵਿਖਾਉਣਾ ਗੁਰਮੁਖੋ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਗੁਰੂ ਸਾਹਿਬ ਪੰਜਾਂ ਗੁਰਮੁਖਾਂ ਨੂੰ ਨਾਲ ਲੈ ਕੇ ਚੱਲ ਪਏ ਨੇ ਲਾਹੌਰ ਨੂੰ। ਭਾਈ ਪੈੜਾ ਜੀ, ਭਾਈ ਮੋਖਾ ਜੀ, ਭਾਈ ਜੇਠਾ ਜੀ, ਭਾਈ ਲੰਗਾਹ ਜੀ ਅਤੇ ਬਾਬਾ ਵਿਧੀ ਚੰਦ ਜੀ, ਇਹ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਨਾਲ ਚੱਲ ਪਏ ਨੇ ਲਾਹੌਰ ਨੂੰ। ਲਾਹੌਰ ਜਦ ਉਹਦੇ ਜਹਾਂਗੀਰ ਦੇ ਦਰਬਾਰ 'ਚ ਪਹੁੰਚੇ ਹੈ, ਜਹਾਂਗੀਰ ਨੇ ਉਹੀ ਸਵਾਲ ਕੀਤੇ, ਕਹਿੰਦੇ ਨੰਬਰ ਇੱਕ ਤਾਂ ਤੂੰ ਮੇਰੇ ਪੁੱਤਰ ਬਾਗੀ ਨੂੰ ਪਨਾਹ ਦਿੱਤੀ ਹੈ, ਉਹਦਾ 2 ਲੱਖ ਰੁਪਈਆ ਜੁਰਮਾਨਾ ਅਸੀਂ ਤੁਹਾਡੇ ਕੋਲ ਲੈਣਾ। ਮਹਾਰਾਜ ਕਹਿੰਦੇ ਇੱਕ ਸਮੇਂ ਤੇਰਾ ਬਾਪ ਅਕਬਰ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਲੰਗਰਾਂ 'ਚੋਂ ਵੀ ਪ੍ਰਸ਼ਾਦਾ ਛੱਕ ਕੇ ਗਿਆ। ਇਹ ਗੁਰੂ ਕਾ ਘਰ ਹੈ, ਇੱਥੇ ਕੋਈ ਬਾਦਸ਼ਾਹ ਆਵੇ, ਫਕੀਰ ਆਵੇ, ਅਮੀਰ ਆਵੇ, ਗਰੀਬ ਆਵੇ, ਕੋਈ ਕਿਸੇ ਨੂੰ ਬੰਦਿਸ਼ ਨਹੀਂ ਹੈ। ਤੇਰਾ ਬਾਪ ਆ ਗਿਆ ਸੀ ਤਾਂ ਵੀ ਸਾਡੀ ਸਿਹਤ 'ਤੇ ਕੋਈ ਅਸਰ ਨਹੀਂ, ਜੇ ਤੇਰਾ ਪੁੱਤਰ ਆ ਗਿਆ ਤਾਂ ਵੀ ਸਾਨੂੰ ਕੋਈ ਫਰਕ ਨਹੀਂ। ਜਿਹੜੀ ਗੱਲ ਤੂੰ ਕਰਦਾ ਜੁਰਮਾਨੇ ਦੀ, ਇਹ ਸੰਗਤ ਦੀ ਕੌਡੀ ਕੌਡੀ ਦੇ ਨਾਲ ਗੁਰੂ ਘਰ ਚੱਲਦੇ ਆ, ਇਹ ਬਾਦਸ਼ਾਹਾਂ ਨੂੰ ਚੱਟੀਆਂ ਭਰਨ ਵਾਸਤੇ ਨਹੀਂ, ਅਸੀਂ ਜੁਰਮਾਨਾ ਹਰਗਜ ਨਹੀਂ ਦੇਵਾਂਗੇ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਗੱਲ ਖੋ ਕੇ ਕਹੀ ਜਹਾਂਗੀਰ ਦੇ ਦਰਬਾਰ 'ਚ ਲਾਹੌਰ। ਫਿਰ ਉਹਨੇ ਇਹ ਗੱਲ ਕਹਿੰਦਾ ਜੀ ਤੁਸੀਂ ਜਿਹੜਾ ਆਦਿ ਗ੍ਰੰਥ ਤਿਆਰ ਕੀਤਾ ਨਾ, ਇਹਦੇ ਵਿੱਚ ਮੁਹੰਮਦ ਸਾਹਿਬ ਦੀ ਸਿਫਤ ਦੇ 2-4 ਸ਼ਬਦ ਪਾ ਦਿਓ, ਮੈਂ ਤੁਹਾਡੇ ਸਾਰੇ ਦੋਸ਼ ਜਿਹੜੇ ਆ ਮੁਕਤ ਕਰ ਦਿੰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ ਦੋ। ਮਹਾਰਾਜ ਕਹਿੰਦੇ ਮੇਰੀ ਹਿੰਮਤ ਨਹੀਂ ਹੈ, ਮੈਂ ਇਹਦਾ ਕੋਈ ਲਾਗ ਕੰਨਾ ਇੱਕ ਅੱਖਰ ਵੀ ਇਹਦੇ 'ਚ ਮੈਂ ਵਾਧਾ ਘਾਟਾ ਕਰ ਸਕਾਂ। ਇਹ ਤਾਂ ਜੋ ਧੁਰੋਂ ਅਕਾਲ ਪੁਰਖ ਦੀ ਬਾਣੀ ਆ ਉਹੋ ਹੀ ਦਰਜ ਹੋਣੀ ਹੈ ਇਹਦੇ 'ਚ, ਦੂਜੀ ਬਾਣੀ ਮੈਂ ਨਹੀਂ ਦਰਜ ਕਰ ਸਕਦਾ। ਫਿਰ ਉਹਨਾਂ ਨੇ ਇਹ ਵੀ ਗੱਲ ਕਹੀ ਜਹਾਂਗੀਰ ਨੇ, ਕਹਿੰਦੇ ਵੀ ਸਾਡਾ ਵਜ਼ੀਰ ਆ ਚੰਦੂ, ਤੁਸੀਂ ਪਹਿਲਾਂ ਰਿਸ਼ਤਾ ਪ੍ਰਵਾਨ ਕਰ ਲਿਆ, ਮਗਰੋਂ ਤੁਸੀਂ ਇਹਨੂੰ ਜਵਾਬ ਦਿੱਤਾ। ਮਹਾਰਾਜ ਕਹਿੰਦੇ ਉਹ ਅਸੀਂ ਨਹੀਂ ਜਵਾਬ ਦਿੱਤਾ, ਉਹ ਗੁਰੂ ਕੀ ਸੰਗਤ ਨੇ ਜਵਾਬ ਦਿੱਤਾ। ਇਹ ਹੰਕਾਰੀ ਹੈ, ਇਹਨੇ ਗਾਰੇ ਦੀ ਮੋਰੀ ਦੱਸਿਆ ਗੁਰੂ ਘਰ ਨੂੰ, ਆਪਣੇ ਆਪ ਨੂੰ ਚੁਬਾਰਾ ਦੱਸਦਾ ਸੀ। ਸੰਗਤ ਨੇ ਇਹ ਗੱਲ ਬਰਦਾਸ਼ਤ ਨਹੀਂ ਕੀਤੀ, ਸੰਗਤ ਨੇ ਸਾਨੂੰ ਹੁਕਮ ਭੇਜਤਾ ਅਤੇ ਅਸੀਂ ਸੰਗਤ ਦਾ ਹੁਕਮ ਪ੍ਰਵਾਨ ਕੀਤਾ। ਸਾਨੂੰ ਅਮੀਰੀ ਦੀ ਕੋਈ ਲੋੜ ਨਹੀਂ ਹੈ, ਸਾਨੂੰ ਤਾਂ ਪਿਆਰ ਸਤਿਕਾਰ ਸੇਵਾ ਸਿਮਰਨ ਦੇ ਨਾਲ ਪਿਆਰ ਆ, ਜਿਹੜਾ ਇਸ ਰਸਤੇ 'ਤੇ ਤੁਰਦਾ ਉਹਨੂੰ ਅਸੀਂ ਹਿੱਕ ਨਾਲ ਲਾਉਂਦੇ ਹਾਂ। ਹੰਕਾਰੀ ਵਾਸਤੇ ਗੁਰੂ ਘਰ ਦੇ ਵਿੱਚ ਕੋਈ ਥਾਂ ਨਹੀਂ ਹੈ। ਜਦੋਂ ਨਿਰ ਉੱਤਰ ਕਰਤਾ ਨੂੰ ਜਹਾਂਗੀਰ ਨੂੰ ਆਹ ਹੁਣ ਕਵਿਤਾ ਆਊਗੀ ਇੱਥੇ ਸੁਣਿਓ, ਮਹਾਰਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਆ ਜਹਾਂਗੀਰ ਨੂੰ ਉਹਦੇ ਦਰਬਾਰ ਦੇ ਵਿੱਚ ਲਾਹੌਰ ਦੀ ਧਰਤੀ 'ਤੇ। ਅਸੀਂ ਤਾਂ ਮਾਲਕ ਦਾ ਹੁਕਮ ਵਜਾਉਣ ਆਏ ਹਾਂ, ਜੋ ਸਾਨੂੰ ਧੁਰੋਂ ਹੁਕਮ ਮਿਲੇ ਆ ਉਹੀ ਅਸੀਂ ਵਜਾਉਣੇ ਹਾਂ। ਦੁਨਿਆਵੀ ਤਾਕਤਾਂ ਦੇ ਅੱਗੇ ਨਾ ਅਸੀਂ ਝੁਕੇ ਹਾਂ ਅਤੇ ਨਾ ਝੁਕਣਾ। ਸੁਣਿਓ ਪਿਆਰ ਦੇ ਨਾਲ ਇੱਥੇ ਕਵਿਤਾ ਆਊਗੀ, ਧੁਰਦਰ ਗਾਹੋਂ ਮਿਲੇ ਜੋ ਉਹ ਹੁਕਮ ਵਜਾਉਣਾ। ਆਹ ਕਵਿਤਾ ਪੇਸ਼ ਕਰਕੇ ਅਸੀਂ ਆਪ ਜੀ ਦੇ ਚਰਨਾਂ 'ਚੋਂ ਮਾਫੀ ਚਾਹਵਾਂਗੇ। ਸੁਣੋ ਜੀ। ਵੱਡੇ ਵੱਡੇ ਨਾ ਰਹੇ ਜਹਾਨ ਅੰਦਰ, ਦਿਲੋਂ ਸਮਝਿਆ ਕੂੜ ਜਹਾਨ ਨਹੀਂ, ਰਾਵਣ ਵਰਗੇ ਆ ਕੇ ਕੂਚ ਕਰ ਗਏ, ਛੱਡੇ ਕਿਸੇ ਨੂੰ ਕਾਲ ਬਲਵਾਨ ਨਹੀਂ, ਯੂਸਫ ਵਰਗੇ ਇਨਸਾਨ ਨਾ ਰਹੇ ਤੇ ਇੱਥੇ ਦਿਸਦਾ ਵੈਦ ਲੁਕਮਾਨ ਨਹੀਂ, ਦਰਬਾਰ ਸਿੰਘਾ ਤੂੰ ਅੰਦਰੋਂ ਨਿਰਮਾਣ ਹੋ ਜਾ, ਕਦੇ ਕਰਨਾ ਖੁਦੀ ਗੁਮਾਨ ਨਹੀਂ, ਕਦੇ ਕਰਨਾ ਖੁਦੀ ਗੁਮਾਨ ਨਹੀਂ।
ਗੁਰਾਂ ਕਿਹਾ ਸੁਣ ਬਾਦਸ਼ਾਹ ਗੱਲ ਸੱਚ ਸੁਣਾਈਏ ਕੰਡੇ ਜਿੱਧਰ ਖਿੱਲਰ ਉੱਧਰ ਨਾ ਜਾਈਏ ਯਾਰਾ ਮਿੱਤਰਾ ਨਹੀਂ ਬੰਨੇ ਲਾਉਣਾ ਤੁਰ ਗਾਹੋਂ ਮਿਲੇ ਜੋ ਉਹ ਹੁਕਮ ਵਜਾਉਣਾ ਤੁਰ ਦਰਗਾਹੋਂ ਮਿਲੇ ਜੋ ਉਹ ਹੁਕਮ ਵਜਾਉਣਾ ਹਾਂਜੀ ਗੁਰੂ ਗ੍ਰੰਥ ਜੀ ਵਿੱਚ ਹੋ ਨਹੀਂ ਸਕਦੀ ਤਬਦੀਲੀ ਕਰਦੇ ਤੇਰੇ ਚਾਚੜੇ ਸਭ ਝੂਠ ਵਕੀਲੀ ਸਦਾ ਝੂਠੀਆਂ ਮਹਿਫਲਾਂ ਨੇ ਜਾਮ ਪਿਲਾਉਣਾ ਤੁਰ ਦਰਗਾਹੋਂ ਮਿਲੇ ਜੋ ਉਹ ਹੁਕਮ ਵਜਾਉਣਾ ਤੁਰ ਦਰਗਾਹੋਂ ਮਿਲੇ ਜੋ ਉਹ ਹੁਕਮ ਵਜਾਉਣਾ ਅਸੀਂ ਇਹ ਸਦੀ ਇੱਕ ਵੀ ਨਹੀਂ ਤੁਕ ਬਦਲਾਣੀ ਤੁਰ ਦਰਗਾਹੋਂ ਮਿਲੀ ਜੋ ਇਹ ਤੁਰ ਕੀ ਬਾਣੀ ਸਾਰੇ ਹੁਕਮ ਅਕਾਲ ਦਾ ਨਹੀਂ ਪਰਤਾਉਣਾ ਤੁਰ ਦਰਗਾਹੋਂ ਮਿਲੇ ਜੋ ਉਹ ਹੁਕਮ ਵਜਾਉਣਾ ਤੁਰ ਦਰਗਾਹੋਂ ਮਿਲੇ ਜੋ ਉਹ ਹੁਕਮ ਵਜਾਉਣਾ ਜੋ ਥਾਂ ਹੁੰਦੀ ਕਿਸੇ ਦੀ ਆਖਰ ਉਹ ਮਿਲਦੀ ਅਸੀਂ ਬਾਦਸ਼ਾਹ ਜਾਣ ਲਈ ਗੱਲ ਤੇਰੇ ਦਿਲ ਦੀ ਬੇਸ਼ੱਕ ਪੈ ਜਾਏ ਧਰਮ ਤੋਂ ਚੰਦ ਬਦਨ ਛਪਾਉਣਾ ਤੁਰ ਦਰਗਾਹੋਂ ਮਿਲੇ ਜੋ ਉਹ ਹੁਕਮ ਵਜਾਉਣਾ ਤੁਰ ਦਰਗਾਹੋਂ ਮਿਲੇ ਜੋ ਉਹ ਹੁਕਮ ਵਜਾਉਣਾ ਅਸੀਂ ਕੋਈ ਗੱਲ ਹੋਣ ਤੋਂ ਤਾਂ ਰੋਕ ਨਹੀਂ ਸਕਦੇ ਤੇਰਾ ਹੁਕਮ ਅਟਲ ਹੈ ਅਸੀਂ ਟੋਕ ਨਹੀਂ ਸਕਦੇ ਇਹਦਾ ਭਾਂਡਾ ਫੁੱਟਣਾ ਨਹੀਂ ਕਿਸੇ ਬਚਾਉਣਾ ਤੁਰ ਦਰਗਾਹੋਂ ਮਿਲੇ ਜੋ ਉਹ ਹੁਕਮ ਵਜਾਉਣਾ ਤੁਰ ਦਰਗਾਹੋਂ ਮਿਲੇ ਜੋ ਉਹ ਹੁਕਮ ਵਜਾਉਣਾ ਸਬਤ ਨਹੀਂ ਕਰਨੀ ਕਿਸੇ ਦੀ ਨਹੀਂ ਕਿਸੇ ਤੋਂ ਡਰਨਾ ਅਸੀਂ ਸੰਤ ਹਾਂ ਬਾਦਸ਼ਾਹ ਕੋਈ ਡੰਨ ਨਹੀਂ ਭਰਨਾ ਉਰਾ ਰਹੇ ਨਾ ਵਰਜਿਆ ਅਸੀਂ ਰਾਹੇ ਪਾਉਣਾ ਤੁਰ ਦਰਗਾਹੋਂ ਮਿਲੇ ਜੋ ਉਹ ਹੁਕਮ ਵਜਾਉਣਾ ਤੁਰ ਦਰਗਾਹੋਂ ਮਿਲੇ ਜੋ ਉਹ ਹੁਕਮ ਵਜਾਉਣਾ ਤੁਹਾਡੇ ਸ਼ਾਹ ਜੀ ਚਾਟੜੇ ਕਰ ਰਹੇ ਵਧੀਕੀ ਅੱਜ ਤੋਂ ਤੁਹਾਡੇ ਬਾਦਸ਼ਾਹ ਜੋ ਬਣੇ ਨਜ਼ਦੀਕੀ ਅਸੀਂ ਆਪਣੇ ਕੰਮ ਦਾ ਹੈ ਸਫ਼ਰ ਮੁਕਾਉਣਾ ਤੁਰ ਦਰਗਾਹੋਂ ਮਿਲੇ ਜੋ ਉਹ ਹੁਕਮ ਵਜਾਉਣਾ ਤੁਰ ਦਰਗਾਹੋਂ ਮਿਲੇ ਜੋ ਉਹ ਹੁਕਮ ਵਜਾਉਣਾ ਜੋ ਤੁਹਾਡਾ ਦਿਲ ਮੰਨਦਾ ਉਹ ਸ਼ਰਤਾਂ ਦੱਸੋ ਤੋ ਜੋ ਦਿਲ ਆਉਂਦੀ ਕਰ ਲਵੋ ਸੱਚ ਤੋਂ ਨਾ ਨੱਸੋ ਜੋਗੀ ਗੁਰਮੁਖ ਨਿੰਦਰਾ ਮਰਜ਼ੀ ਦਾ ਗਾਉਣਾ ਤੁਰ ਦਰਗਾਹੋਂ ਮਿਲੇ ਜੋ ਉਹ ਹੁਕਮ ਵਜਾਉਣਾ ਤੁਰ ਦਰਗਾਹੋਂ ਮਿਲੇ ਜੋ ਉਹ ਹੁਕਮ ਵਜਾਉਣਾ ਇਸ ਤਰ੍ਹਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਨਧੜਕ ਹੋ ਕੇ ਜਹਾਂਗੀਰ ਦੀ ਕਚਹਿਰੀ ਲਾਹੌਰ ਦੇ ਵਿੱਚ ਮੂੰਹ ਤੋੜਵੇਂ ਜਵਾਬ ਦਿੱਤੇ ਗੁਰਮੁਖੋ ਗੁਰਮੁਖਾਂ ਵੱਲੋਂ ਬਖਸ਼ਿਸ਼ ਸਮਾਂ ਜਿਹੜਾ ਸੀ ਉਹ ਸਮਾਪਤ ਹੈ ਆਪਾਂ ਇੱਥੋਂ ਅੱਗੇ ਅਗਲੇ ਐਤਵਾਰ ਆਪ ਜੀ ਦੇ ਚਰਨਾਂ 'ਚ ਬੇਨਤੀਆਂ ਕਰਾਂਗੇ ਸਾਡੇ ਬੋਲਦਿਆਂ ਕੋਲੋਂ ਕੋਈ ਸ਼ਬਦ ਵੱਧ ਘੱਟ ਨਿਕਲ ਗਿਆ ਹੋਵੇ ਸੰਗਤ ਅਤੇ ਗੁਰੂ ਬਖਸ਼ਣ ਯੋਗ ਹੈ ਬਖਸ਼ ਦੇਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ